ਪਹਿਲੀ ਵਾਰੀ ਲੋਕ ਸਭਾ ਦੇ ਵਿੱਚ ਮੁੱਦਾ ਚੁੱਕਿਆ ਗਿਆ, ਤੁਸੀਂ ਵੀ ਇਸੇ ਆਸ ਦੇ ਨਾਲ ਚੋਣ ਪ੍ਰਚਾਰ ਹੈ ਜਿਹੜਾ ਕੀਤਾ ਸੀ? ਬਿਲਕੁਲ, ਮੈਨੂੰ ਇਹ ਲੱਗਿਆ ਵੀ ਜਿੰਨੀ ਕਿ ਮਿਹਨਤ ਅਸੀਂ ਇਲੈਕਸ਼ਨ ਦੇ ਵਿੱਚ ਕੀਤੀ ਸੀ ਉਹਦਾ ਰਿਜ਼ਲਟ ਮਿਲਣਾ ਸ਼ੁਰੂ ਹੋ ਗਿਆ। ਪਰੰਤੂ ਜਿੱਥੋਂ ਤੱਕ ਰਾਜੇ ਬਾਈ ਦੀ ਗੱਲ ਹੈ ਨਾ, ਰਾਜੇ ਨਾਲ ਮੇਰੇ ਪਹਿਲੇ ਹੀ ਪਰਿਵਾਰਕ ਲਿੰਕ ਨੇ, ਭਰਾਵਾਂ ਵਾਂਗੂ ਹੈ ਸਾਡੇ। ਉਹਨੇ ਜਿਸ ਢੰਗ ਦੇ ਨਾਲ ਕੱਲ੍ਹ ਮਸਲੇ ਨੂੰ ਜੋਸ਼ ਦੇ ਨਾਲ, ਹੋਸ਼ ਦੇ ਨਾਲ, ਇੰਨੇ ਵਧੀਆ ਤਰੀਕੇ ਦੇ ਨਾਲ ਸ਼ਬਦਾਂ ਦੇ ਵਿੱਚ ਬਿਆਨ ਕੀਤਾ, ਉਸ ਗੱਲ ਨੂੰ ਮੈਨੂੰ ਵੀ ਲੱਗਿਆ ਵੀ ਬਹੁਤ ਵਧੀਆ ਹੋਇਆ ਹੈ ਨਾ। ਸਭ ਨੇ ਸਰਾਹਣਾ ਕੀਤੀ ਹੈ। ਮੈਂ ਜੇ ਉਹਨਾਂ ਦੇ ਕੱਲ੍ਹ ਵਾਲੀ ਜਿਹੜੀ ਸਪੀਚ ਦੇ ਥੱਲੇ ਕਮੈਂਟ ਵੇਖਾਂ ਤਾਂ ਮੇਰਾ ਖਿਆਲ ਹੈ ਇੱਕ ਵੀ ਕਮੈਂਟ ਨੈਗੇਟਿਵ ਨਹੀਂ ਸੀ ਥੱਲੇ, ਹੈ ਨਾ। ਤਾਂ ਆਮ ਲੋਕਾਂ ਦੀ ਰਾਏ ਵੀ ਇਸ ਗੱਲ ਦੇ ਹੱਕ ਦੇ ਵਿੱਚ ਗਈ ਹੈ। ਤਾਂ ਉਹਨਾਂ ਨੇ ਨਵਾਂ ਆਚਾਰ ਸੰਹਿਤਾ ਜਿਹੜੀ ਪਾਸ ਕੀਤੀ ਹੈ ਸਰਕਾਰ ਨੇ, ਕਹਿਣ ਨੂੰ ਕਹਿ ਰਹੇ ਨੇ ਵੀ ਅਸੀਂ ਨਾਗਰਿਕ ਦੀ ਸੁਰੱਖਿਆ ਦੇ ਵਿੱਚ ਬੜੇ ਨਿਯਮ ਲੈ ਕੇ ਆ ਰਹੇ ਹਾਂ। ਪਰੰਤੂ ਮਹਾਰਾਜਾ ਜੀ ਨੇ ਇਹ ਗੱਲ ਪੁੱਛੀ ਵੀ ਤੁਸੀਂ ਕੀ ਗੈਂਗਸਟਰਾਂ ਨੂੰ ਸੁਰੱਖਿਆ ਦੇ ਰਹੇ ਹੋ ਜਾਂ ਨਾਗਰਿਕਾਂ ਨੂੰ ਦੇ ਰਹੇ ਹੋ? ਡਰਾਮਾ ਤਾਂ ਤੁਸੀਂ ਇਹ ਕਰ ਰਹੇ ਹੋ ਵੀ ਅਸੀਂ ਨਾਗਰਿਕਾਂ ਦੇ ਲਈ ਇਹ ਕਾਨੂੰਨ ਪਾਸ ਕੀਤਾ, ਪਰੰਤੂ ਤੁਹਾਡੇ ਰਾਜ ਦੇ ਵਿੱਚ 268 ਲਾ ਕੇ ਇਹਨਾਂ ਕਾਨੂੰਨਾਂ ਦਾ ਫਾਇਦਾ ਗੈਂਗਸਟਰ ਚੁੱਕਣਗੇ ਔਰ ਚੁੱਕ ਵੀ ਰਹੇ ਤੁਹਾਡੇ ਸਾਹਮਣੇ ਆ। ਤਾਂ ਹੁਣ ਤੱਕ ਦੀਆਂ ਦੋ ਵੀਡੀਓਜ਼ ਦਾ ਬਣਨਾ ਜੇਲ੍ਹ 'ਚ ਬਹਿ ਕੇ, ਉਹਦਾ ਹਾਲੇ ਤੱਕ ਜਿਹੜੀਆਂ FIR ਉਹ ਅਣਪਛਾਤਿਆਂ ਦੇ ਖਿਲਾਫ ਦੇਣੀਆਂ, ਤਾਂ ਫਿਰ ਕਾਨੂੰਨ ਕਿਵੇਂ ਕੰਮ ਕਰੂਗਾ? ਕਾਨੂੰਨ ਤਾਂ ਪਹਿਲਾਂ ਵਾਲਾ ਵੀ ਕੰਮ ਕਰ ਸਕਦਾ ਸੀ, ਪਰੰਤੂ ਜੇ ਨੀਅਤ ਸਾਫ਼ ਲੋੜ, ਕਾਨੂੰਨ ਬਣਾਉਣ ਦੀ ਘੱਟ ਹੈ, ਨੀਅਤ ਜ਼ਿਆਦਾ ਸਾਫ਼ ਕਰਨ ਦੀ ਲੋੜ ਹੈ। ਤੁਹਾਡੀ ਮਨਸ਼ਾ ਹੋਣੀ ਚਾਹੀਦੀ ਵੀ ਅਸੀਂ ਜਸਟਿਸ ਦੇਣਾ ਕਿਸੇ ਨੂੰ, ਪਰੰਤੂ ਕੇਵਲ ਦਾਅਵੇ ਲੱਗ ਰਹੇ ਨੇ। ਪਰੰਤੂ ਜਿਸ ਢੰਗ ਦੇ ਨਾਲ ਭਰਾ ਨੇ ਗੱਲ ਚੱਕੀ ਹੈ, ਮੈਨੂੰ ਵਧੀਆ ਲੱਗਿਆ। ਪਰਮਾਤਮਾ ਕਰੇ ਅੱਗੇ ਤੋਂ ਵੀ ਇਸ ਤਰ੍ਹਾਂ ਸਰਕਾਰ ਦੇ ਉੱਤੇ ਪ੍ਰੈਸ਼ਰ ਨਾ ਕਰੇ। ਬਈ ਇੱਕ ਜਦੋਂ ਰਾਜਾ ਬੜਿੰਗ ਆਪਣੀ ਗੱਲ ਦੱਸ ਰਿਹਾ ਸੀ ਕਿ ਜਦੋਂ ਸੰਸਕਾਰ ਵੇਲੇ ਉਹਦੀ ਮਾਤਾ ਨੇ ਸਿਹਰਾ ਬੰਨਿਆ ਤਾਂ ਪੂਰੇ ਸੰਸਦ ਜਿਹੜੇ ਬੈਠੇ ਆ ਕਿਸੇ ਦੇ ਵੀ, ਉਹਨਾਂ ਦੀਆਂ ਅੱਖਾਂ ਦੇ ਵਿੱਚ ਉਹ ਪਾਣੀ ਆ ਗਿਆ ਸੀ। ਦੇਖੋ ਜੀ, ਇਹ ਤਾਂ ਓਬੀਅਸ ਹੈ, ਜਦੋਂ ਭਾਵੁਕਤਾ ਤਾਂ ਹੁੰਦੀ ਹੈ ਵੀ ਕਿਸੇ ਦਾ ਇਕਲੌਤਾ ਬੇਟਾ ਜਦੋਂ ਦੁਨੀਆ ਤੋਂ ਜਾਂਦਾ ਹੈ ਨਾ, ਤਾਂ ਉਹ ਆਪਣੀਆਂ ਡੈਡ ਬੋਡੀ ਦੇ ਨਾਲ ਜਿਹੜੀਆਂ ਰਸਮਾਂ ਨੇ ਉਹ ਕਰਦੇ ਨੇ। ਦੁਖਦਾਈ ਤਾਂ ਬਹੁਤ ਹੈ ਨਾ, ਪਰ ਹੁਣ ਕੀਤਾ ਕੁਛ ਨਹੀਂ ਜਾ ਸਕਦਾ। ਮਤਲਬ ਮੌਤ ਨਾਲੋਂ ਵੀ ਜ਼ਿਆਦਾ ਦਰਦਨਾਕ ਇਹ ਹੋਇਆ ਪਿਆ ਵੀ ਉਹਦੇ ਉੱਤੇ ਸਰਕਾਰ ਦਾ ਕੀ ਰਵੱਈਆ ਹੈ, ਸਰਕਾਰ ਕਿਸ ਬਿਨਾਹ ਦੇ ਉੱਤੇ ਕਿਸੇ ਬਦਮਾਸ਼ ਨੂੰ ਇੰਨੀ ਸਪੋਰਟ ਕਰ ਰਹੀ ਹੈ ਕਿ ਉਹ ਸਾਡੀ ਕਿਸੇ ਕੋਰਟ ਦੇ ਵਿੱਚ ਪੇਸ਼ੀ 'ਤੇ ਆਉਣਾ ਵੀ ਮੁਨਾਸਬ ਨਹੀਂ ਸਮਝਦਾ। ਉਹ ਜੇਲ੍ਹ ਦੇ ਵਿੱਚ ਬਹਿ ਕੇ ਹਰ ਕਿਸੇ ਨੂੰ ਧਮਕੀ ਦੇਣ ਦੇ ਸਮਰੱਥ ਹੈ। ਉਹ ਜੇਲ੍ਹ ਦੀ ਕਸਟਡੀ ਦੇ ਵਿੱਚ ਰਹਿ ਕੇ ਵੀਡੀਓ ਬਣਾ ਬਣਾ ਕੇ ਨੈਸ਼ਨਲ ਚੈਨਲਾਂ 'ਤੇ ਚਲਾਉਣ ਦੇ ਲਈ ਸਮਰੱਥ ਹੈ। ਤਾਂ ਇਹਦੇ ਲਈ ਜ਼ਿੰਮੇਵਾਰੀ ਕਲੀਅਰ ਕੱਟ ਸਾਡੀ ਸੈਂਟਰ ਸਟੇਟ ਗੌਰਮੈਂਟ ਹੈ, ਜਿਨ੍ਹਾਂ ਦੀ ਕਸਟਡੀ ਦੇ ਵਿੱਚ ਸਾਰਾ ਕੁਛ ਹੋ ਰਿਹਾ। ਬਈ ਰਾਹੁਲ ਗਾਂਧੀ ਵੀ ਹਮਲਾਵਰ ਰੁੱਖ ਦੇ ਵਿੱਚ ਹੈ, ਹੁਣ ਲੱਗਦਾ ਕਿ ਜਿੰਨੇ ਜਿੱਤੇ ਨੇ ਸਿੱਧੂ ਦੇ ਇਨਸਾਫ਼ ਲਈ ਸਾਰੇ ਖੜਨਗੇ। ਦੇਖੋ, ਇਸੇ ਉਮੀਦ ਦੇ ਨਾਲ ਮੈਂ ਜਿਹੜੀ ਕੁਛ ਮੇਰੇ ਭਰਾ ਸਾਨੂੰ ਚਾਹੁਣ ਵਾਲੇ ਸ਼ਾਇਦ ਮੇਰੇ ਕਾਂਗਰਸ ਨੂੰ ਸਪੋਰਟ ਕਰਨ ਦੇ ਉੱਤੇ ਨਾਰਾਜ਼ ਵੀ ਸੀਗੇ, ਹੈ ਨਾ। ਮੈਂ ਕਿਉਂਕਿ ਮੈਂ ਸਾਰਿਆਂ ਨਾਲ ਮੇਰੀ ਗੱਲਬਾਤ ਨਹੀਂ ਹੁੰਦੀ ਔਰ ਸਾਰਿਆਂ ਨੂੰ ਮੈਂ ਆਪਣੇ ਦਿਲ ਦੀ ਵੀ ਮੈਂ ਕਿਉਂ ਕਰ ਰਿਹਾ ਇਹ ਕੰਮ, ਮੈਂ ਕਿਉਂ, ਕਿਉਂਕਿ ਮੇਰੀ ਮਨਸ਼ਾ ਤਾਂ ਇੱਕੋ ਇੱਕ ਜਸਟਿਸ ਦੀ ਹੈ। ਤਾਂ ਮੈਂ ਜਿਸ ਭਰੋਸੇ ਨੂੰ ਲੈ ਕੇ ਗਿਆ ਸੀਗਾ ਤਾਂ ਮੈਨੂੰ ਲੱਗਿਆ ਵੀ ਜੋ ਵਿਪਕਸ਼ ਹੈ ਰਾਹੁਲ ਗਾਂਧੀ ਤੋਂ ਲੈ ਕੇ ਸਾਰੇ ਰਾਜੀਵ ਵੀ ਹੋਰਾਂ ਤੱਕ ਜਾਂ ਜਿੰਨੇ ਵੀ MP ਹੋਰ ਵੀ ਚੁਣਕੇ ਗਏ ਨੇ, ਔਰ ਮੈਂ ਕੇਵਲ ਪੰਜਾਬ ਦੇ ਨਹੀਂ ਹੈ, ਹਰਿਆਣੇ ਦੇ MPs ਤੋਂ ਵੀ ਇਹ ਉਮੀਦ ਕਰਦਾ, ਜਿੱਦਾਂ ਸ਼ੈਲਜਾ ਭੈਣ ਹੋ ਗਈ, ਦਪਿੰਦਰ ਹੁੱਡਾ ਹੋ ਗਿਆ, ਮੈਂ ਉਮੀਦ ਇਹਨਾਂ ਤੋਂ ਵੀ ਕਰਦਾ ਵੀ ਇਹ ਵੀ ਕੱਲ੍ਹ ਨੂੰ ਜਦੋਂ ਉਹਨਾਂ ਨੂੰ ਸਮਾਂ ਮਿਲੇ
ਜਸਟਿਸ ਦੀ ਗੱਲ ਸੰਸਦ ਦੇ ਵਿੱਚ।